ਬਾਹਰ ਹੀ ਜਾ ਕੇ ਹੁਣ ਫੋਰਮ ਚੋ ਇਹ ਇਹਨੇ 1000 ਰੁਪਇਆ ਉਹਨਾਂ ਤੋਂ ਲੈਣਾ ਸੀ ਜੀ, ਕਰਮ ਸਿੰਘ ਸਾਡੇ ਪਿੰਡ ਦੇ ਜਿਹੜੇ ਸੀਗੇ, ਅਤੇ ਇਹ ਉਹ ਆ ਗਏ ਆਪਣੀ ਪੂਰੀ ਤਿਆਰੀ ਕਰਕੇ ਇਹਨਾਂ ਨੂੰ ਮਾਰ ਲਈ, ਅਤੇ ਇਹ ਕਹਿੰਦਾ ਵੀ ਤੁਸੀਂ 1000 ਰੁਪਏ ਦਾ ਜਿਹੜਾ ਰੋਲਾ ਅਤੇ ਗੁਰਦੁਆਰਾ ਸਾਹਿਬ ਵਿੱਚ ਰੱਖ ਦਿਉ, ਅਤੇ ਮੈਂ ਜੇ ਸੱਚਾ ਹੋਇਆ ਤਾਂ ਮੈਂ ਚੱਕ ਲੂੰਗਾ। ਜਦੋਂ ਇਹਨੇ ਆਪਣੇ ਘਰ ਦੇ ਵਿੱਚੋਂ ਸਕੂਟਰੀ ਸਟਾਰਟ ਕਰਕੇ ਬਾਹਰ ਆਇਆ, ਅਤੇ ਉਹਨਾਂ ਨੇ ਉਹਨਾਂ 'ਚੋਂ 3 ਭਰਾ ਸੀਗੇ, ਇੱਕ ਉਹਨਾਂ ਦੀ ਮਦਰ, ਇੱਕ ਉਹਨਾਂ ਦੇ ਫਾਦਰ ਸਾਹਿਬ ਸੀਗੇ, ਇਹਨਾਂ 5 ਜਣਿਆਂ ਨੇ ਇਹਨੂੰ ਸਾਡੇ ਅਵਤਾਰ ਸਿੰਘ ਬੰਦੇ ਨੂੰ ਮਾਰ ਦਿੱਤਾ ਮੌਕੇ 'ਤੇ। ਇਹਨਾਂ ਦੀ ਡੈਥ ਹੋ ਗਈ, ਹਾਂਜੀ ਤਲਵਾਰਾਂ ਨਾਲ, ਕਿਰਚਾਂ ਨਾਲ ਮਾਰਤਾ ਜੀ, ਅਤੇ ਇੱਕ ਢਿੱਡ 'ਚ ਕਿਰਚ ਮਾਰੀ ਜੀ, ਗਲ 'ਚ ਕਿਰਚਾਂ ਮਾਰੀਆਂ, ਹੋਰ ਬੜੇ ਗੰਭੀਰ ਜ਼ਖਮਾਂ ਨਾਲ ਇਹ ਦਮ ਤੋੜ ਲਿਆ। ਹਾਂ, ਪੁਲਿਸ ਨੇ ਮੌਕੇ 'ਤੇ ਪਹੁੰਚ ਗਈ ਸੀਗੀ ਜੀ, ਅਤੇ ਕਾਰਵਾਈ ਚੱਲ ਰਹੀ ਹੈ। ਹਾਂਜੀ ਉਹਦੇ ਵਿੱਚੋਂ, ਹਾਂਜੀ ਇੱਕ ਲੇਡੀ ਫੜ ਲਈ, 2 ਜਿਹੜੇ ਬ੍ਰਦਰ ਆ ਉਹ ਅਰੈਸਟ ਕਰ ਲਏ ਪੁਲਿਸ ਨੇ ਮੌਕੇ 'ਤੇ। ਹੁਣ ਮੰਨਿਆ ਉਹਨਾਂ ਨੂੰ ਜਿਹੜੀ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜੀ, ਇਹਨਾਂ 'ਤੇ ਸਖ਼ਤ ਤੋਂ ਸਖ਼ਤ ਸਜ਼ਾ ਹੋਵੇ, ਇਹਨਾਂ ਸਾਰੇ ਬੰਦਿਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਸਾਡਾ ਇਹੋ ਜਿਹਾ ਵਧੀਆ ਬੰਦਾ ਜਿਹੜਾ ਇਹਨਾਂ ਨੇ ਮੌਤ ਦੇ ਘਾਟ ਉਤਾਰਿਆ, ਇਹ ਬਾਹਰ ਇਟਲੀ 'ਚੋਂ ਆਇਆ ਸੀ, ਪਰਿਵਾਰ ਇੱਕ ਇਹਦੀ, ਇਹਨਾਂ ਦੀ ਲੜਕੀ ਕੈਨੇਡਾ 'ਚ ਰਹਿੰਦੀ ਹੈ ਜੀ, ਇੱਕ ਇਹਨਾਂ ਦਾ ਬੇਟਾ ਉਹ ਇੱਥੇ ਰਹਿੰਦਾ, ਇਹਨਾਂ ਦੀ ਵਾਈਫ ਵੀ ਇੱਥੇ ਰਹਿੰਦੀ ਹੈ। ਇਹਦੇ ਜਿਹੜਾ ਇਹ ਹੈਗਾ ਕਿ ਇਹ ਜਿਹੜੇ ਮਦਈ ਜੀ ਦੀ ਡੈਥ ਹੋਈ ਹੈ, ਅਵਤਾਰ ਸਿੰਘ, ਇਹ ਚੀਮੇ ਪਿੰਡ ਦੇ ਹੀ ਹੈ, ਇਹ ਇਟਲੀ ਤੋਂ 2 ਸਾਲ ਪਹਿਲਾਂ ਹੁਣ ਆਇਆ, ਰੀਸੈਂਟਲੀ ਇਟਲੀ ਰਹਿੰਦਾ ਹੈਗਾ, ਅਤੇ ਇਹ ਇਹਨਾਂ ਨੇ ਕਿਤੇ ਇੱਕ ਇਹਦੇ ਨਾਲ ਦੇ ਪਹਿਲਾਂ ਇਸੇ ਪਿੰਡ ਦੇ ਰਹਿੰਦੇ ਆ, ਹੁਣ ਰਾਏਕੋਟ ਰਹਿੰਦੇ ਸੀ, ਆਪਣਾ ਅੰਮ੍ਰਿਤਪਾਲ, ਇੱਕ ਉਹਦਾ ਬੇਟਾ ਜਸਪ੍ਰੀਤ ਅਤੇ ਇੱਕ ਉਹਦੀ ਵਾਈਫ ਕਰਮਜੀਤ ਕੌਰ। ਇਹ ਅੱਜ ਮਾਰਨਿੰਗ ਉਹਨਾਂ ਦੇ ਘਰ ਆਏ ਕਿ ਅਸੀਂ ਤੁਹਾਡੇ ਪੈਸੇ ਜਿਹੜੇ ਤੁਸੀਂ 1000 ਲੈਚ ਕਰਦੇ ਵੀ ਉਹ ਦੇ ਚੁੱਕੇ ਹਾਂ, ਵੀ ਸਾਡੇ ਕੋਲ ਨਹੀਂ ਹੈਗੇ, ਇਹੋ ਜਿਹੀ ਗੱਲ ਚੱਲਦੀ ਰਹੀ। ਅਤੇ ਇਹਨਾਂ ਦੇ ਜਿਹੜੇ ਅਵਤਾਰ ਸਿੰਘ ਹੈ, ਇਹਦੇ ਵਾਈਫ ਵੀ ਨਾਲ ਹੀ ਸੀ। ਫਿਰ ਅਖੀਰ ਨੂੰ ਇਹਨਾਂ ਨੇ ਆਪਸ ਵਿੱਚ ਡਿਸਾਈਡ ਕੀਤਾ ਵੀ ਚਲੋ ਗੁਰਦੁਆਰਾ ਸਾਹਿਬ ਚੱਲਦੇ ਹਾਂ, ਉੱਥੇ ਸੌਣੇ ਕਰਦੇ ਹਾਂ। ਸੋ ਉਹ ਵੀ ਬਾਹਰ ਆ ਗਏ ਸਕੂਟਰੀ 'ਤੇ, ਇਹ ਵੀ ਸਕੂਟਰੀ 'ਤੇ ਸੀ, ਪਤਾ ਨਹੀਂ ਉਸ ਟਾਈਮ ਕੀ ਕਿਤੇ ਲੜਕੇ ਨਾਲ ਗੱਲ ਹੋਈ ਇਹਨਾਂ ਦੀ, ਕੋਈ ਮਤਲਬ ਗੱਲ ਹੋਣ, ਇਹ ਲੱਗਦਾ ਸੀ ਸਡਨ ਪ੍ਰੋਵੋਕੇਸ਼ਨ ਹੋਈ, ਅਤੇ ਉਹ ਜਿਹੜਾ ਮੁੰਡਾ ਸੀਗਾ ਉਹਨੇ ਜਿਹੜੀ ਆਪਣੇ ਇਹਦੇ ਫਾਦਰ ਵਾਲੀ ਸ੍ਰੀ ਸਾਹਿਬ ਆ ਉਹ ਕੱਢ ਕੇ ਮਤਲਬ ਉਹਦੇ ਗਰਦਨ 'ਤੇ, ਅਤੇ ਉਹ ਮਾਰੀ, ਤੋਂ 50-55-6 ਦਾ ਆਲਰੇਡੀ ਉਹ ਉਮਰ ਸੀ, ਅਤੇ ਔਨ ਦਾ ਸਪੋਟ ਡੈਥ ਹੋ ਗਈ। ਸੋ ਉਹਨਾਂ ਦੀ ਜਿਹੜੇ ਮਾਰਨ ਵਾਲੇ ਸੀਗੇ ਉਹ ਮਤਲਬ ਵਾਈਫ, ਹਸਬੈਂਡ ਅਤੇ ਬੇਟਾ ਜਿਹੜੇ ਹੈਗੇ ਆ ਇਹ ਨੋਮੀਨੇਟ ਹੋਏ, ਇਹਨਾਂ ਨੇ ਹੀ ਜਿਹੜਾ ਹੈਗਾ ਇਹ ਅੰਜਾਮ ਦਿੱਤਾ, ਸਿਰਫ 1000 ਰੁਪਏ ਕਰਕੇ, ਲੈਣ ਦੇਣ ਕਰਕੇ। ਸਰ ਕੋਈ ਅਰੈਸਟ ਹੋਈ ਹੈ ਜਾਂ ਨਹੀਂ? ਹੁਣ ਕਰ ਰਹੇ ਹਾਂ, ਇਨਵੈਸਟੀਗੇਸ਼ਨ ਜਾ ਰਹੀ ਹੈ, ਕੇਸ ਰਜਿਸਟਰ ਹੋ ਗਿਆ ਹੈਗਾ, ਅਤੇ ਜਿਵੇਂ ਜਿਵੇਂ ਇਨਵੈਸਟੀਗੇਸ਼ਨ 'ਚ ਆਇਆ ਹੈਗਾ ਉਸ ਹਿਸਾਬ ਨਾਲ ਉਹਨਾਂ ਦੀ ਅਰੈਸਟ ਪਾਈ ਜਾਊਗੀ। ਥੈਂਕ ਯੂ।